ਤੇ ਸਾਡਾ ਸਿੰਘ ਮੋਟਰ ਜ ਨਾਨਕਸਰ ਰੋਡ ਦੇ ਉੱਤੇ ਗੈਰਜ ਹੈ ਜੀ। ਅੱਜ ਤੋਂ ਪਹਿਲਾਂ 2-3 ਮਹੀਨੇ ਪਹਿਲਾਂ ਸਾਡੇ ਵੀ ਚੋਰੀ ਹੋਈ ਸੀ। ਜਦੋਂ ਅਸੀਂ ਅੱਜ ਧਨੌਲਾ ਰੋਡ ਦੇ ਉੱਤੇ ਆਏ ਹਾਂ ਤਾਂ ਵੀਰ ਦੇ ਜੋ ਦੇਖਿਆ ਤਾਂ ਇਹਦਾ ਵੀ 1.5-2 ਲੱਖ ਰੁਪਏ ਦਾ ਨੁਕਸਾਨ ਹੋਇਆ ਸੀਗਾ। ਕਿਉਂਕਿ ਮਿਸਤਰੀ ਕੋਈ ਏਡੇ ਤਕੜੇ ਨਹੀਂ ਹੁੰਦੇ ਵੀ ਜਿਹੜੀ ਰੋਜ਼ ਰੋਜ਼ ਭਰਵਾਈ ਕਰਨ। ਕਿਉਂਕਿ ਕਸਟਮਰ ਦੀਆਂ ਗੱਡੀਆਂ ਖੜੀਆਂ ਨੇ, ਕਿਸੇ ਦੀ ਬੈਟਰੀ ਕੱਢ ਲਈ, ਕਿਸੇ ਦਾ ਕੋਈ ਈਸੀਐਮ ਕੱਢ ਲਿਆ, ਕਿਸੇ ਦਾ ਕੁਛ ਕੱਢ ਲਿਆ, ਤਕਰੀਬਨ ਵਿਚਾਰੇ ਦਾ ਬਿਲਡਿੰਗ ਸਾਈਟ ਤੋਂ ਲੈ ਕੇ ਸਾਰਾ ਸਮਾਨ ਹੀ ਇਹ ਨਾਲ ਲੈ ਕੇ ਚੁੱਕੇ ਨੇ। ਪਰ ਇਹ ਜਦੋਂ ਪੁਲਿਸ ਪ੍ਰਸ਼ਾਸਨ ਦੇ ਕੋਲੇ ਗਏ ਨੇ ਤਾਂ ਇਹ ਬਿਲਕੁਲ ਉਹ ਕਹਿੰਦੇ ਜੀ ਤੁਸੀਂ ਕੰਧਾਂ ਉੱਚੀਆਂ ਕਰ ਲਓ, ਤੁਹਾਡੇ ਅਸੀਂ ਤੁਹਾਡੇ ਨਾਲ ਹਾਂ, ਚੋਰ ਨੂੰ ਫੜਾਂਗੇ ਜਾਂ ਇੱਦਾਂ ਕਰਾਂਗੇ। ਪਰ ਇੱਦਾਂ ਦਿਲਾਸੇ ਦੇਣ ਦੇ ਨਾਲ ਕੋਈ ਕਾਰਨ ਨਹੀਂ ਬਣਦਾ ਇਹਦਾ। ਕਿਉਂਕਿ ਜਿਹੜੀ ਚੋਰੀ ਆ ਪਹਿਲਾਂ ਸਾਨੂੰ ਵੀ ਸੰਮਣ ਕਢਵਾਏ ਨੇ, ਕਹਿੰਦੇ ਵੀ ਜੇ ਤੁਸੀਂ ਕੇਸ ਚਲਾਉਣਾ ਚਾਹੁੰਦੇ ਹੋ ਤਾਂ ਚਲਾ ਸਕਦੇ ਹੋ, ਨਹੀਂ ਉਹਨੂੰ ਬੰਦ ਕਰਵਾ ਦਿਓ, ਵੀ ਉਹਨਾਂ ਦਾ ਇਲਾਜ ਨਹੀਂ ਹੋ ਸਕਦਾ, ਵੀ ਚੋਰ ਫੜੇ ਨਹੀਂ ਜਾ ਸਕਦੇ ਇਹਨਾਂ ਤੋਂ। ਪਰ ਹੁਣ ਦਿਨੋਂ ਫਿਰ ਜਿਹੜੀ ਧਨੌਲਾ ਰੋਡ ਜਾਂ ਨਾਨਕਸਰ ਰੋਡ ਦੇ ਉੱਤੇ ਚੋਰੀ ਵੱਧ ਰਹੀ ਆ, ਇਹ ਪੁਲਿਸ ਪ੍ਰਸ਼ਾਸਨ ਦੀ ਨਿਗਾਹ ਦੇ ਵਿੱਚ ਨਹੀਂ ਹੈ ਜਾਂ ਪੁਲਿਸ ਪ੍ਰਸ਼ਾਸਨ ਇਹਨਾਂ ਦੇ ਕੰਟਰੋਲ ਦੇ ਵਿੱਚ ਨਹੀਂ ਹੈ ਜਾਂ ਚੋਰ ਇਹਨਾਂ ਤੋਂ ਬਾਹਰ ਨੇ, ਬਿਲਕੁਲ ਇਹਨਾਂ ਦੀ ਬਿੱਲ ਸਾਰੀਆਂ ਚੀਜ਼ਾਂ ਇਹਨਾਂ ਦੀ ਨਿਗਾਹ ਦੇ ਵਿੱਚ ਨੇ। ਇਹ ਕਰ ਸਕਦੇ ਨੇ, ਭਰਵਾਈ ਵੀ ਕਰਵਾ ਸਕਦੇ ਨੇ, ਪਰ ਇਹ ਗਰੀਬ ਬੰਦੇ ਨੇ, ਹਰੇਕ ਬੰਦਾ ਡਰ ਜਾਂਦਾ ਜਾਣ ਤੋਂ ਵੀ ਅਸੀਂ ਕੋਰਟ 'ਚ ਕਿੱਥੇ ਜਾਵਾਂਗੇ ਜਾਂ ਕਿਸੇ ਆਪਣੀ ਭਰਵਾਈ ਕਿੱਦਾਂ ਕਰਵਾਵਾਂਗੇ। ਇਸ ਕਰਕੇ ਸਾਡਾ ਇਹ ਜਾਮ ਇਸੇ ਕਾਰਨ ਹੀ ਲਾਇਆ ਵੀ ਅੱਜ ਇਹ ਬੰਦੇ ਨਾਲ ਹੋਈ ਆ, ਕੱਲ੍ਹ ਨੂੰ ਹੋਰ ਬੰਦਿਆਂ ਨਾਲ ਵੀ ਹੋਈਆਂ ਨੇ, ਪਰ ਉੱਥੇ ਵੀ ਖੜਨ ਦਾ ਇਹਨਾਂ ਦਾ ਫਰਜ਼ ਬਣਦਾ ਗਾ। ਇਸ ਕਰਕੇ ਅਸੀਂ ਆ ਬੰਦੇ ਦੇ ਨਾਲ ਖੜੇ ਹਾਂ, ਇਹ ਧਰਨਾ ਅਸੀਂ ਲਾ ਕੇ ਰੱਖਾਂਗੇ ਜਿੰਨਾ ਟਾਈਮ ਇਹ ਵੀਰ ਦਾ ਕੋਈ ਹੱਲ ਨਹੀਂ ਹੁੰਦਾ। ਮੇਰਾ ਨਾਮ ਗਗਨਦੀਪ ਸਿੰਘ ਆ, ਰੋਲ ਮੋਟਰ ਕਹਿ ਰਿਹਾ, ਡੈਂਟਿੰਗ ਪੇਂਟਿੰਗ ਦੀ ਆਪਣੀ ਵਰਕਸ਼ਾਪ ਆ ਧਨੌਲਾ ਰੋਡ 'ਤੇ। ਰੋਜ਼ਾਨਾ ਰੋਜ਼ ਹਰ ਰੋਜ਼ ਮੈਂ ਸ਼ਾਮ ਨੂੰ 7:30 ਵਜੇ ਵਰਕਸ਼ਾਪ ਵਧਾ ਕੇ ਘਰੇ ਚਲਾ ਜਾਂਦਾ। ਮੈਂ ਸਵੇਰੇ ਜਦੋਂ ਮੋਰਨਿੰਗ ਟਾਈਮ ਵਰਕਸ਼ਾਪ ਖੋਲ੍ਹੀ 8:30 ਵਜੇ, ਤਾਂ ਮੈਂ ਜਦੋਂ ਅੰਦਰ ਗਿਆ ਗੈਰ ਦੇ ਅੰਦਰ ਵਰਕਸ਼ਾਪ ਦੇ, ਮੇਰੇ ਜਾਂਦੇ ਸਾਰੇ ਜਿੰਦੇ ਭੰਨੇ ਪਏ ਅਤੇ ਗੱਡੀਆਂ ਦੇ ਬੋਰਨਟ ਸਾਰੀਆਂ ਦੇ ਚੱਕੇ ਹੋਏ। ਜਦੋਂ ਮੈਂ ਜਾ ਕੇ ਅੰਦਰ ਵੜਿਆ ਅਤੇ ਗੱਡੀਆਂ ਦੇਖੀਆਂ, ਮੇਰਾ ਬਹੁਤ ਹੀ ਜ਼ਿਆਦਾ ਨੁਕਸਾਨ ਹੋ ਗਿਆ ਜੀ। ਨੁਕਸਾਨ ਗੱਡੀਆਂ ਦੀਆਂ ਬੈਟਰੀਆਂ, ਆਪਣਾ ਨਵਾਂ ਸਮਾਨ ਟੂਲ ਜੋ ਡੈਂਟਿੰਗ ਪੁੱਲਰ ਕੰਮਾਂ ਦੇ ਆਡੇ ਅਸਾਨਾ ਰੋਜ਼ ਹਰ ਰੋਜ਼ ਜਿੰਨਾ ਕੰਮ ਖੜ ਗਿਆ ਮੇਰਾ। ਜਦੋਂ ਮੈਂ ਸਾਡੀ ਕਮੇਟੀ ਦੇ ਵਿੱਚ ਗੱਲ ਕੀਤੀ ਅਤੇ ਪੁਲਿਸ ਵਾਲਿਆਂ ਨਾਲ ਗੱਲ ਕੀਤੀ, ਪੁਲਿਸ ਮੁਲਾਜ਼ਮ ਮੈਨੂੰ ਐਂ ਕਹਿੰਦੇ ਇਹਦਾ ਤਾਂ ਕੋਈ ਹੱਲ ਹੀ ਨਹੀਂ ਹੈਗਾ, ਕਹਿੰਦਾ ਆ ਜਾ ਵੀਰ, ਕਹਿੰਦਾ ਕੰਧਾਂ ਉੱਚੀਆਂ ਚੱਕ ਲਓ। ਜੇ ਆਪਾਂ ਨੂੰ ਪੁਲਿਸਾਂ ਤੋਂ ਆਸ ਨਹੀਂ, ਫਿਰ ਪੁਲਿਸ ਨਾਲ ਆਪਾਂ ਜਾਣਾ ਕੀ ਕਰਨਾ ਰੋਜ਼ਾ। ਸਾਡੇ ਆਹ ਰੋਡ ਦੇ ਮੇਰੇ ਐਂ ਲੱਗਦਾ ਹਰ ਰੋਜ਼ ਇੱਕ ਦਿਨ ਛੱਡ ਕੇ ਇੱਕ ਦਿਨ ਚੋਰੀ, ਇੱਕ ਦਿਨ ਛੱਡ ਕੇ ਇੱਕ ਦਿਨ ਚੋਰੀ ਹੋ ਰਹੀ ਆ। ਜਿਵੇਂ ਪੁਲਿਸ ਰਾਤ ਨੂੰ ਕੋਈ ਗੇੜਾ ਨਹੀਂ ਦਿੰਦੀ, ਉਹਨੂੰ ਐਂ ਲੱਗ ਰਿਹਾ ਕਿ ਇਹਨਾਂ ਨਾਲ ਰਲੀ ਮਲੀ ਲੱਗਦੀ ਆ ਸਾਰਾ ਕੁਛ। ਪ੍ਰਸ਼ਾਸਨ ਨੂੰ ਬੇਨਤੀ ਕਰਦੇ ਸਾਡਾ ਕੋਈ ਧਨੌਲਾ ਰੋਡ ਦਾ ਕੋਈ ਹੱਲ ਕੀਤਾ ਜਾਵੇ, ਸਾਰੇ ਮਿਸਤਰੀ ਨੂੰ ਬੇਨਤੀ ਹੈ ਇਹ ਪੱਕਾ ਹੱਲ ਕਰਕੇ ਜਾਣਗੇ ਤਾਂ ਪੱਕੀ ਜਾ ਧਰਨਾ ਜੀ ਸਾਡਾ ਨਹੀਂ ਚੱਕਿਆ ਜਾਵੇਗਾ ਜੀ। ਜਿੰਨਾ ਟਾਈਮ ਸਾਡਾ ਕੋਈ ਹੱਲ ਨਹੀਂ ਹੋਇਆ ਨਹੀਂ ਚੱਕਿਆ ਜਾਵੇ ਧਰਨਾ ਜੀ। ਇਹ ਰੋਡ ਤਾਂ ਜਾਮ ਕੀਤਾ ਗਿਆ ਜੀ, ਅਸੀਂ ਚੋਰਾਂ ਤੋਂ ਦੁਖੀ ਹੋ ਕੇ ਰੋਡ ਜਾਮ ਕੀਤਾ। ਅੱਜ ਪਹਿਲੀ ਚੋਰੀ ਨਹੀਂ ਜੀ, ਇਹ ਘੱਟੋ ਘੱਟ 10-15 ਚੋਰੀ ਹੈ ਜੀ ਏਰੀਏ ਦੀ। ਅਸੀਂ ਕਈ ਵਾਰ ਪ੍ਰਸ਼ਾਸਨ ਨਾਲ ਵੀ ਗੱਲ ਕੀਤੀ, ਉਹ ਆਪਦੇ ਦੱਸਦੇ ਨੇ PCR ਘੱਟ ਆ, ਵੀ 5 PCR ਨੇ ਜੀ, ਇਹ ਪੂਰਾ ਜਿਹੜਾ ਰੋਡ ਆ ਤਾਂ ਹੁੰਦਾ ਹੈਗਾ, ਇਹ ਗੱਲਬਾਤ ਆ। ਪ੍ਰਸ਼ਾਸਨ ਆਪਣੇ ਜਿਹੜੇ ਮਾਨੇ ਹੁੰਦੇ ਆ ਉਹ ਦੇ ਰਿਹਾ ਹੈਗਾ ਜੀ, ਪਰ ਪ੍ਰਸ਼ਾਸਨ ਨੇ ਠੋਸ ਕੋਈ ਸਬੂਤ ਹੁਣ ਤੱਕ ਨਾ ਕੋਈ ਟਰੇਸ ਕੀਤੀ ਹੈ। ਸਿਰਫ 2 ਸਾਲ ਬਾਅਦ ਇੱਕ ਸੰਮਣ ਆਉਂਦਾ ਵੀ ਇਹ ਅਨਟਰੇਸ ਹੋ ਗਿਆ, ਵੀ ਇਹ 'ਤੇ ਸਾਈਨ ਕਰ ਜਾਓ, ਸਿਰਫ ਆਈ ਟਰੇਸ ਆਇਆ, ਹੁਣ ਤੱਕ ਹੋਰ ਕੋਈ ਗੱਲਬਾਤ ਨਹੀਂ। ਅੱਜ ਅਸੀਂ ਦੁਖੀ ਹੋ ਕੇ ਇਹ ਕੰਮ ਕੀਤਾ ਵੀ ਪ੍ਰਸ਼ਾਸਨ ਦੀ ਨਿਗਾਹ ਲਿਆਂਦਾ, ਵੀ ਜੇ ਤੁਸੀਂ ਇਹ ਕੰਮ ਨਹੀਂ ਕੀਤਾ ਅਸੀਂ ਇਹ ਸੰਘਰਸ਼ ਨੂੰ ਪੂਰੇ ਜੰਗੀ ਪੱਧਰ 'ਤੇ ਲਿਜਾਵਾਂਗੇ। ਸਾਡੀ ਯੂਨੀਅਨ ਆ ਬਿਸ਼ਰੀ ਵਿਸ਼ਵਕਰਮਾ ਕਾਰਪੋਰੇਸ਼ਨ ਯੂਨੀਅਨ ਆ, ਜਿਹਦੇ ਵਿੱਚ ਅਸੀਂ ਸਾਰਾ ਧਨੌਲਾ ਰੋਡ ਨਾਲ ਆ। ਹਾਂਜੀ, ਮੇਰੇ ਹਿਸਾਬ ਨਾਲ ਜੀ 15-20 ਚੋਰੀਆਂ ਤਾਂ ਪੱਕੀਆਂ ਨੇ ਜੀ। ਹਾਂ, ਚਾਰ ਵਾਰੀ ਲਗਾਤਾਰ ਇਹ ਦੇਖਿਆ ਵੀ ਲਗਾਤਾਰ ਚੋਰੀ। ਇਹਨਾਂ ਪ੍ਰਸ਼ਾਸਨ ਨੇ PCR ਘੱਟ ਕਹਿ ਕੇ ਆਪਦਾ ਪੱਲਾ ਛੁਡਾ ਲੈਂਦੇ ਨੇ, ਪਰ ਗੱਲ ਹੋਈ ਆ ਕਿਹੜੀ ਗੈਰਜ ਹੋਈ ਤੇ ਕਿੰਨੇ ਦਾ ਸਮਾਨ ਚੱਕਿਆ ਗਿਆ? ਇਹ ਰਾਇਲ ਮੋਟਰ ਗੈਰਜ ਆ ਜੀ ਪਿੱਛੇ ਜੀ, ਤੇ ਸਾਹਮਣੇ ਕਰਨੀਲ ਮੋਟਰ ਗੈਰਜ ਆ। ਇਹਨਾਂ 'ਚ 15 ਦਿਨ ਪਹਿਲਾਂ ਇੱਥੇ ਹੋਈ ਸੀ ਤੇ ਕੱਲ੍ਹ ਰਾਤ ਇੱਥੇ ਹੋ ਗਈ ਜੀ। ਇਹਦੇ ਵਿੱਚ ਘੱਟੋ ਘੱਟ ਮੇਰੇ ਹਿਸਾਬ ਨਾਲ ਇੱਕ ਮਿਸਤਰੀ ਆਦਮੀ ਦਾ 1-1.25 ਲੱਖ ਦਾ ਨੁਕਸਾਨ ਹੋ ਗਿਆ। DVR ਲੈ ਗਏ ਜੀ, ਬੈਟਰੀਆਂ ਲੈ ਗਏ, ਅਸੀਂ ਆਪਦਾ ਨੁਕਸਾਨ ਤਾਂ ਝੱਲਾਂਗੇ, ਜਿਹੜੇ ਗੱਡੀ ਦੀਆਂ ਬੈਟਰੀਆਂ ਲੈ ਗਏ ਅਸੀਂ ਸਾਨੂੰ ਉਹ ਕਿਵੇਂ ਝੱਲਾਂਗੇ ਜੀ? ਅਸੀਂ ਕਮਾਵਾਂਗੇ ਵੀ ਲੋਕਾਂ ਨੂੰ ਦੇਵਾਂਗੇ, ਕਮਾਵਾਂਗੇ ਲੋਕ, ਅਸੀਂ ਕਿੱਥੋਂ ਪੂਰਾ ਕਰਾਂਗੇ ਜੀ? ਸਾਨੂੰ ਇਹ ਦੱਸਿਆ ਜਾਵੇ ਕੀ ਕਾਰਵਾਈ ਕਰੀ ਜਾ ਰਹੀ ਹੈ? ਉਸਨੇ ਸਿਰਫ ਅਜੇ ਤੱਕ ਤਾਂ ਕੋਈ ਕਾਰਵਾਈ ਨਹੀਂ ਜੀ, ਤੇ ਪੁਲਿਸ ਕਹਿੰਦੀ ਹੈ ਵੀ ਅਸੀਂ ਸਾਨੂੰ ਰਿਪੋਰਟ ਦਿਓ, ਅਸੀਂ ਵੀ ਛਾਣਬੀਨ ਕਰਾਂਗੇ, ਪਰ ਸਾਨੂੰ ਇਹ ਠੋਸ ਕੋਈ ਜਵਾਬ ਨਹੀਂ ਮਿਲਿਆ। ਰੋਡ ਜਾਮ ਤਾਂ ਕਰਿਆ ਨਾ, ਚੋਰੀ ਇਹ ਰਾਤ ਹੋ ਗਈ ਮੇਰੇ ਵੀਰ ਦੇ ਸਾਹਮਣੇ, ਰੋਜ਼ ਮੋਟਰ ਗੈਰਜ, ਪਹਿਲਾਂ ਹਰ ਰੋਜ਼ ਹੁੰਦੀਆਂ ਚੋਰੀਆਂ ਇੱਥੇ, 25-30 ਹੋ ਗਈਆਂ, ਇੱਥੇ ਕੋਈ ਕਿਸੇ ਦਾ ਚੋਰੀ ਨਹੀਂ ਫੜੇਗੀ, ਮੇਰੇ ਖੁਦ ਹੋਈ ਆ, ਕੋਈ ਚੋਰੀ ਕਹਿੰਦੇ ਨਹੀਂ ਫੜੇਗੀ। ਬਾਅਦ 'ਚ ਪੁਲਿਸ ਨੇ ਕਹਿੰਦਾ ਬੰਦ ਕਰਾ ਦਿਓ ਕੇਸ, ਬੰਦ ਕਰਾਏ ਵਕੀਲ ਸਾਹਿਬ ਕੋਲ ਜਾ ਕੇ, ਜੱਜ ਸਾਹਿਬ ਕੋਲ ਜਾ ਕੇ। ਇਹਨਾਂ ਦਾ ਬੈਟਰੀ ਬੂਟੀਆਂ ਹੋ ਗਈਆਂ ਅਤੇ ਬਾਕੀ ਬੈਲਡਿੰਗ ਰਾਡ ਹੋ ਗਿਆ ਅਤੇ ਹੋਰ ਸਮਾਨ ਬਹੁਤ ਅਜੇ ਬਾਕੀ ਦੇਖੇ ਤਾਂ ਪਤਾ ਲੱਗੂ ਵੀਰੇ, ਹੁਣ 1.5-2 ਲੱਖ ਦਾ ਨੁਕਸਾਨ ਹੋ ਇਹਨਾਂ ਦਾ। ਕਿੰਨੀਆਂ ਚੋਰੀਆਂ ਹੋ ਚੁੱਕੀਆਂ ਹੁਣ ਤੱਕ? ਹੁਣ ਹੋ ਗਏ ਘੱਟੋ ਘੱਟ 10-15 ਆਪਣੇ ਨਿਗਾਹ 'ਚ ਨੇ।
ਕਿੰਨੇ ਚਿਰ ਬਸ ਪੰਜ ਚਾਰ ਮਹੀਨੇ ਚ ਹਾਂਜੀ ਕਿੰਨਾ ਕੁ ਨੁਕਸਾਨ ਹੋ ਗਿਆ ਚੋਰੀਆਂ ਦਾ ਨੁਕਸਾਨ ਤਾਂ ਵੀਰ ਬਹੁਤ ਹੋ ਗਿਆ ਡੇਢ ਦੋ ਲੱਖ ਤਾਂ ਮੇਰੇ ਆਪਦੇ ਹੋਇਆ ਬਾਕੀ ਦਸ ਹਜ਼ਾਰ ਗੈਰ ਚ ਹੋਇਆ ਗਾ ਅੱਖ ਸਵੇਰੇ ਪਰਸੋਂ ਇਹਨਾਂ ਦੇ ਹੋਇਆ ਗਾ ਸਾਹਮਣੇ ਪ੍ਰੀਤ ਮੋਟਰ ਗੈਰ ਇਹ ਪੁਲਿਸ ਪ੍ਰਸ਼ਾਸਨ ਨੇ ਮੁੰਡਾ ਗਿਆ ਸੀ ਸਵੇਰੇ ਐਸ ਐਸ ਸਾਹਿਬ ਕੋਲੇ ਵੀ ਆ ਕਰਕੇ ਚੋਰੀ ਹੋ ਗਈ ਉਹ ਕਹਿੰਦਾ ਉਹ ਚੈੱਕ ਕਰ ਲਓ ਐਸ ਸਾਹਿਬ ਨੇ ਗੇੜਾ ਮਾਰਿਆ ਨੀ ਕਿਹਾ ਪਹਿਲੇ ਹੋ ਗਿਆ ਇਸ ਕਾਰਨ ਮੈਨੂੰ ਪਹਿਲੇ ਕਹਿਤਾ ਵੀ ਕਹਿੰਦਾ ਉਹ ਚੈੱਕ ਕਰ ਲਓ ਅਣਮਿੱਥੇ ਸਮੇਂ ਲਈ ਆ ਜੀ ਜੋ ਕੋਈ ਰਿਜ਼ਲਟ ਨਿਕਲਿਆ ਠੀਕ ਆ ਨਹੀਂ ਅਣਮਿੱਥੇ ਸਮੇਂ ਲਈ ਸਾਡੇ ਕੋਲ ਸੁਬਹਾ ਇੱਕ ਕੰਪਲੇਂਟ ਆਈ ਸੀਗੀ ਵੀ ਐਂ ਕਰਕੇ ਮੇਰੇ ਗੈਰੇਜ ਦੇ ਵਿੱਚੋਂ ਗਰਾਈਂਡਰ ਚੱਕ ਕੇ ਲੈ ਗਿਆ ਕੋਈ ਅਤੇ ਅਸੀਂ ਉਹਦੇ 'ਤੇ ਬਣਦੀ ਕਾਰਵਾਈ ਕਰਕੇ ਅਗਲੀ ਤਫਤੀਸ਼ ਸਮਾਂ 'ਚ ਲਿਆਵਾਂਗੇ ਅਤੇ ਚੋਰਾਂ ਨੂੰ ਜਲਦੀ ਤੋਂ ਜਲਦੀ ਟਰੇਸ ਕਰਕੇ ਸਾਹਮਣੇ ਲਿਆਵਾਂਗੇ ਤੁਹਾਡੇ ਸਰ ਮਿਸਤਰੀਆਂ ਵੱਲੋਂ ਰੋਡ ਜਾਮ ਕੀਤਾ ਗਿਆ ਇਹਦਾ ਕੀ ਹੱਲ ਕਰਾਇਆ ਜਾਵੇਗਾ ਜੀ ਇਹਨਾਂ ਨਾਲ ਗੱਲਬਾਤ ਕਰ ਰਹੇ ਹਾਂਗੇ ਕਹਿੰਦੇ ਵੀ ਇੱਥੇ ਸਾਡੀ ਕਾਰਵਾਈ ਨਹੀਂ ਹੋਈ ਅਤੇ ਸਾਡੀ ਗੱਲ ਨਹੀਂ ਸੁਣੀ ਗਈ ਇਹਨਾਂ ਦਾ ਇਹ ਕਹਿਣਾ ਸੀਗਾ ਬਟ ਇਹ ਸਾਡੇ ਕੋਲ ਆਏ ਸੀਗੇ ਔਰ ਇਹਨਾਂ ਨੂੰ ਕੁਝ ਸਮਝਣ ਦੇ ਵਿੱਚ ਹੀ ਗਲਤੀ ਲੱਗ ਗਈ ਮੇਰਾ ਇਹਨਾਂ ਨੂੰ ਇਹ ਕਿਸਮ ਆਪਾਂ ਆਪਣੀਆਂ ਕੰਧਾਂ ਵਗੈਰਾ ਵੀ ਆਪਾਂ ਸੁੱਖੀਆਂ ਕਰਕੇ ਰੱਖੀਏ ਸਾਰਿਆਂ ਦਾ ਜ਼ਿੰਮੇਵਾਰੀ ਹੈਗੀ ਅਤੇ ਆਪਣੀ ਆਪਣੀ ਜ਼ਿੰਮੇਵਾਰੀ ਨੂੰ ਸਮਝਿਆ ਜਾਵੇ ਤਾਂ ਚੋਰਾਂ ਦੀ ਹਿੰਮਤ ਨਹੀਂ ਕਿ ਵੀ ਅੱਗੇ ਚੋਰੀ ਕਰ ਲੈਣ ਕੋਈ ਮੇਰੇ ਸਾਰੇ ਲੋਕਾਂ ਨੂੰ ਵੀ ਅਪੀਲ ਆ ਕਿ ਵੀ ਇਹ ਇਕੱਲਾ ਮਸਲਾ ਸਿਰਫ ਪੁਲਿਸ ਦਾ ਨਹੀਂ ਰਹਿੰਦਾ ਹੁੰਦਾ ਆਪਣੀ ਆਪਣੇ ਵੀ ਫਰਜ਼ ਹੈਗੇ ਨੇ ਜੇ ਕਿਤੇ ਇਹੋ ਜਿਹੀ ਗੱਲ ਸਾਹਮਣੇ ਆਉਂਦੀ ਹੈ ਸਾਡੇ ਜਾਂ ਧਿਆਨ 'ਚ ਲਿਆਂਦੀ ਜਾਵੇ ਜ਼ਰੂਰ ਨਹੀਂ ਹਾਲੇ ਅਸੀਂ CCTV ਵਗੈਰਾ ਦੇਖ ਰਹੇ ਹਾਂ ਉਹਦੇ ਵਿੱਚ ਕੋਈ ਫੋਟੋ ਸਾਹਮਣੇ ਨਹੀਂ ਆਈ ਜੇ ਕੋਈ ਆਉਂਦੀ ਹੈ ਤਾਂ ਅਸੀਂ ਲਿਆਵਾਂਗੇ